ਨਮਸਕਾਰ ਦਰਸ਼ਕੋ, ਮੈਂ ਕਿਰਨ ਵਿਸ਼ੇਸ਼ ਤੁਹਾਡਾ ਸਵਾਗਤ ਕਰਦਾ ਖਬਰਬਾਤ ਦੁਪਹਿਰ ਦੇ ਵਿੱਚ। ਤੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ, ਜਿਨ੍ਹਾਂ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ, ਜੋ ਕਿ ਨਵਾਂ ਚੰਡੀਗੜ੍ਹ ਹੈ, ਉਸ ਦੇ ਪਿੰਡ ਸਿਸਵਾ ਦੇ ਵਿੱਚ 6 ਏਕੜ ਜ਼ਮੀਨ ਲਿੱਤੀ ਸੀ। ਉਸ ਤੋਂ ਬਾਅਦ ਉਹ ਜ਼ਮੀਨ ਅਖਬਾਰਾਂ ਅਤੇ ਟੀ ਵੀ ਚੈਨਲਾਂ ਦੀ ਸੁਰਖੀ ਬਣ ਗਈ ਅਤੇ ਉਸ ਦੇ ਉੱਪਰ ਡਿਬੇਟਾਂ ਵੀ ਹੋਣ ਲੱਗੀਆਂ ਅਤੇ ਖਬਰਾਂ ਵੀ ਆਉਣ ਲੱਗੀਆਂ। ਅਤੇ ਹੁਣ ਵਿਰੋਧੀ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਜੋ ਕਿ ਖੁਦ ਸਿਸਵਾ ਪਿੰਡ ਵਿੱਚ ਪਹੁੰਚੇ ਅਤੇ ਉਸ ਜ਼ਮੀਨ ਦੇ ਕੋਲ ਖੜ ਕੇ ਉਹਨਾਂ ਨੇ ਉਸ ਜ਼ਮੀਨ ਦਾ ਵੇਰਵਾ ਦਿੰਦੇ ਹੋਏ ਇਹ ਵੀ ਦੱਸਿਆ ਕਿ ਕੈਪਟਨ ਸਾਹਿਬ ਕੋਲ ਕਿੰਨੀ ਕੁ ਜ਼ਮੀਨ ਹੈ ਅਤੇ ਕਿੰਨੀ ਜ਼ਮੀਨ ਹੋਰ ਉਹ ਲੈਣਾ ਚਾਹ ਰਹੇ ਨੇ ਅਤੇ ਕਿਹੜੇ ਕਿਹੜੇ ਅਧਿਕਾਰ ਨੇ ਜਿਨ੍ਹਾਂ ਕਰਕੇ ਇਸ ਜਗ੍ਹਾ 'ਤੇ ਜ਼ਮੀਨ ਲਿੱਤੀ ਜਾ ਸਕਦੀ ਅਤੇ ਇੱਥੇ ਕਿਸ ਤਰ੍ਹਾਂ ਦੀ ਉਸਾਰੀ ਹੋ ਸਕਦੀ ਹੈ। ਇਸ ਦੇ ਉੱਪਰ ਪੂਰੀ ਰੋਸ਼ਨੀ ਪਾਈ ਵਿਰੋਧੀ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ। ਦੋਸਤੋ, ਇਸ ਵਕਤ ਮੈਂ ਨਵੇਂ ਚੰਡੀਗੜ੍ਹ ਦਾ ਜਿਹੜਾ ਸਿਸਵਾਂ ਪਿੰਡ ਹੈ, ਜਿਹੜਾ ਅੱਜ ਕੱਲ੍ਹ ਖਬਰਾਂ 'ਚ ਆ, ਜਿੱਥੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਐਕਟੀਵਿਟੀ ਚੱਲ ਰਹੀ ਆ। ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ 6 ਏਕੜ ਜ਼ਮੀਨ ਖਰੀਦੀ ਆ ਔਰ ਉਹਨਾਂ ਦਾ ਮਨਸੂਬਾ ਹੈਗਾ ਇੱਥੇ ਫਾਰਮ ਹਾਊਸ ਬਣਾਉਣ ਦਾ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਅਖਬਾਰਾਂ 'ਚ ਵੀ ਕਾਫੀ ਦਿਨਾਂ ਤੋਂ ਚਰਚਾ ਆ ਰਹੀ ਹੈ ਕਿ ਇਹ ਸਾਰਾ ਜਿਹੜਾ ਸ਼ਿਵਾਲਿਕ ਫੁੱਟਹਿਲਸ ਦਾ ਏਰੀਆ, ਇਹ ਇੱਕ PLPA ਐਕਟ ਹੈ, ਉਹਦੇ ਅਧੀਨ ਕਵਰਡ ਆ, ਸੰਨ 1900 ਦਾ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ। ਉਹਦਾ ਮਤਲਬ ਇਹ ਸੀ ਐਕਟ ਦਾ ਕਿ ਇਸ ਦੀ ਇਕੋਲੋਜੀ ਨਾ ਖਰਾਬ ਹੋਵੇ। ਤੁਸੀਂ ਦੇਖ ਸਕਦੇ ਹੋ ਇਹ ਪਹਾੜ ਨੇ ਇੱਥੇ ਔਰ ਇਹਦੀ ਸੋਇਲ ਨੂੰ ਮੇਨਟੇਨ ਕਰਨ ਲਈ ਇੱਥੇ ਫੋਰੈਸਟ ਦਾ ਜ਼ਿਆਦਾ ਹੋਣਾ, ਦਰਖਤ ਵਗੈਰਾ, ਇਹਦੀ ਆਬੋ ਹਵਾ, ਇਹਦੀ ਖੂਬਸੂਰਤੀ ਸੁੰਦਰਤਾ ਨੂੰ ਮੇਨਟੇਨ ਕਰਨ ਵਾਸਤੇ ਇਹ ਪੰਜਾਬ ਸਰਕਾਰ ਨੇ ਐਕਟ ਲਾਗੂ ਕੀਤਾ ਸੀਗਾ ਸੰਨ 1900 ਤੋਂ, ਔਰ ਇਹ ਲਗਾਤਾਰ ਚੱਲ ਰਿਹਾ ਸੀ। ਅਚਾਨਕ ਖਬਰਾਂ ਮਿਲੀਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ 6 ਏਕੜ ਫਾਰਮ ਜ਼ਮੀਨ ਖਰੀਦੀ ਹੈ ਔਰ ਉਹਨਾਂ ਦਾ ਮਕਸਦ ਹੈ ਕਿ ਇੱਥੇ ਮੈਂ ਆਪਣਾ ਇੱਕ ਨਵਾਂ ਫਾਰਮ ਹਾਊਸ ਬਣਾਵਾਂ। ਮੈਂ ਜ਼ਮੀਨ ਖਰੀਦਣੀ ਜਾਂ ਨਾ ਖਰੀਦਣੀ, ਉਹਦੀ ਰਜਿਸਟਰੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ, PLPA ਐਕਟ ਲਾਗੂ ਹੈ ਕਿ ਨਹੀਂ ਹੈ, ਉਸਦੀ ਟੈਕਨੀਕੈਲਿਟੀਜ਼ ਵਿੱਚ ਅਤੇ ਕਾਨੂੰਨੀ ਲੀਗੈਲਿਟੀ ਵਿੱਚ ਬਿਲਕੁਲ ਨਹੀਂ ਜਾਣਾ। ਮੈਂ ਸਿਰਫ ਅੱਜ ਆਪਣੇ ਦੇਸ਼ ਦੇ ਅਤੇ ਆਪਣੇ ਪੰਜਾਬ ਦੇ ਲੀਡਰਾਂ ਦੀ ਮਾਨਸਿਕਤਾ 'ਤੇ ਤੁਹਾਡੇ ਨਾਲ ਚਰਚਾ ਕਰਨੀ ਹੈ। ਮਾਨਸਿਕਤਾ ਇਸ ਲਈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਜਿਸ ਮੁਕਾਮ 'ਤੇ ਪਹੁੰਚੇ ਹੋਏ ਨੇ, ਉਹ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਔਰ ਉਹ ਆਪ ਖੁਦ ਕਹਿੰਦੇ ਕਿ 40-45 ਸਾਲ ਦਾ ਮੇਰਾ ਤਜਰਬਾ ਹੈ ਔਰ ਇਹਨਾਂ ਦਾ ਪਰਿਵਾਰ, ਕਹਿਣ ਦੀ ਲੋੜ ਨਹੀਂ, ਇੱਕ ਰਜਵਾੜੇਸ਼ਾਹੀ ਪਰਿਵਾਰ ਹੈ, ਰੋਇਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਦੇ ਕੋਲ ਮਕਾਨਾਂ ਦੀ, ਘਰਾਂ ਦੀ, ਫਾਰਮ ਹਾਊਸਾਂ ਦੀ ਕੋਈ ਕਮੀ ਨਹੀਂ ਹੈ। ਜੇ ਮੈਂ ਥੋੜ੍ਹਾ ਚੇਤੇ ਕਰਾ ਦਿਆਂ, 52 ਏਕੜ ਵਿੱਚ ਤਾਂ ਇਹਨਾਂ ਦਾ ਪੈਲਸ ਆ, ਜਿਹੜਾ ਪਟਿਆਲੇ, ਜਿਹੜਾ ਜਿਸ ਨੂੰ ਮੋਤੀ ਬਾਗ ਪੈਲਸ ਕਹਿੰਦੇ ਨੇ। ਉਸ ਤੋਂ ਬਾਅਦ ਦਿੱਲੀ ਜੋਰ ਬਾਗ, ਜਿਹੜੀ ਸਭ ਤੋਂ ਟੌਪ ਦੀ ਲੋਕੈਲਿਟੀ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਬਹੁਤ ਅੱਛੀ ਰਿਹਾਇਸ਼ਗਾਹ ਹੈ। ਉਸ ਤੋਂ ਇਲਾਵਾ ਦੋਚੀ ਵਿੱਚ ਬਹੁਤ ਵੱਡਾ ਫਾਰਮ ਹੈ ਹਿਮਾਚਲ ਚਹਿਲ ਦੇ ਲਾਗੇ। ਉਸ ਤੋਂ ਇਲਾਵਾ ਸਿਮਲੇ ਤੋਂ ਚੰਗਾ 150-200 ਕਿਲੋਮੀਟਰ ਉੱਪਰ ਜਾ ਕੇ ਹਿਲਸ ਵਿੱਚ ਇੱਕ ਹੋਰ ਬਹੁਤ ਖੂਬਸੂਰਤ ਇਹਨਾਂ ਨੇ ਫਾਰਮ ਹਾਊਸ ਬਣਾਇਆ, ਜਿਸ ਦਾ ਸ਼ਾਇਦ ਰਾਮ ਨਗਰ ਜਾਂ ਰਾਮ ਕੁਛ ਇਸ ਤਰ੍ਹਾਂ ਦਾ ਛੋਟੇ ਜਿਹੇ ਕਸਬੇ ਦਾ ਨਾਮ ਹੈ। ਉੱਥੇ ਹਿਮਾਚਲ ਵਿੱਚ ਇਹਨਾਂ ਦੀ ਇੱਕ ਹੋਰ ਰੈਜੀਡੈਂਸ ਹੈ, ਬਹੁਤ ਖੂਬਸੂਰਤ। ਇਸ ਤੋਂ ਇਲਾਵਾ ਜਿਹੜਾ ਦੁਬਈ ਵਿੱਚ ਵਿਲਾ ਲਿਆ ਇਹਨਾਂ ਨੇ ਆਪਣੇ ਐਫੀਡੇਵਿਟ ਵਿੱਚ ਸਟੇਟ ਕੀਤਾ ਵਾ, ਜਾਂ ਜਿਹੜਾ ਲੰਡਨ ਦੇ ਵਿੱਚ ਇਹਨਾਂ ਨੇ ਪ੍ਰੋਪਰਟੀਜ਼ ਲਈਆਂ, ਉਹ ਅਲੈਦਾ ਨੇ। ਲੇਕਿਨ ਇਸ ਤੋਂ ਇਹਦੇ ਬਾਵਜੂਦ ਵੀ ਉਹਨਾਂ ਨੂੰ ਹਲੇ ਦਿਲ ਕਰਦਾ ਕਿ ਹੋਰ ਫਾਰਮ ਹਾਊਸ ਮੇਰੇ ਹੋਣੇ ਚਾਹੀਦੇ। 7ਵਾਂ-8ਵਾਂ ਆਪਣੀ ਰਿਹਾਇਸ਼ ਬਣਾਉਣ ਜਾ ਰਹੇ ਨੇ, ਫਾਰਮ ਹਾਊਸ ਬਣਾਉਣ ਜਾ ਰਹੇ ਨੇ। ਇਹ ਇਸ ਲਈ ਮੈਂ ਕਹਿ ਰਿਹਾ, ਮੈਨੂੰ ਕੋਈ ਓਬਜੈਕਸ਼ਨ ਨਹੀਂ ਹੈ, ਸਾਰਿਆਂ ਦਾ ਅਧਿਕਾਰ ਆ। ਲੇਕਿਨ ਜਿਸ ਪਬਲਿਕ ਲਾਈਫ ਵਿੱਚ ਆਣ ਕੇ ਕੈਪਟਨ ਅਮਰਿੰਦਰ ਸਿੰਘ ਇੱਕ, ਜਿਸ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਜਿਸ ਮੁਕਾਮ 'ਤੇ ਪਹੁੰਚੇ ਨੇ, ਇਸ ਜਗ੍ਹਾ 'ਤੇ ਪਹੁੰਚ ਕੇ ਲੋਕ ਔਰ ਜਿਸ ਉਮਰ ਵਿੱਚ ਨੇ, ਆਲਮੋਸਟ ਅੱਜ ਉਹਨਾਂ ਦੀ ਏਜ 76-77 ਹੈ, ਇਸ ਉਮਰ 'ਤੇ ਇਸ ਰੁਤਬੇ 'ਤੇ ਪਹੁੰਚ ਕੇ ਆਮ ਜਨਤਾ, ਆਮ ਜਿਹੜੇ ਲੀਡਰਸ ਨੇ ਵਰਲਡ ਦੇ, ਜਾਂ ਜਿਹੜੇ ਲੋਕ ਜਿਨ੍ਹਾਂ ਨੇ ਜ਼ਿੰਦਗੀ 'ਚ ਸਭ ਕੁਝ ਹਾਸਿਲ ਕਰ ਲਿਆ, ਉਹ ਮਨੁੱਖਤਾ ਲਈ ਕੰਮ ਕਰਦੇ ਨੇ। ਮਿਸਾਲ ਦੇ ਤੌਰ 'ਤੇ ਫੇਸਬੁੱਕ 'ਤੇ ਹੀ ਜਿਹੜੇ ਮਾਲਕ ਨੇ ਮਾਰਕ ਜ਼ੁਕਰਬਰਗ, ਉਸਨੇ ਪਿਛਲੇ ਦਿਨਾਂ 'ਚ ਅਨਾਊਂਸ ਕੀਤਾ ਕਿ ਮੈਂ 99% ਆਪਣੀ ਜਿਹੜੀ ਵੈਲਥ ਹੈ, ਸ਼ੇਅਰਸ ਹੈ, ਉਹ ਮੈਂ ਚੈਰਿਟੀ ਦੇ ਵਿੱਚ ਲਾ ਦਿਆਂਗਾ। ਇਸ ਤੋਂ ਇਲਾਵਾ ਜਿਹੜੇ ਆਪਾਂ ਪੜ੍ਹਦੇ ਰਹੇ ਨੇ, ਵੱਡੇ ਵੱਡੇ ਕਾਰਪੋਰੇਟ ਹਾਊਸਿਸ ਨੇ, ਘਰਾਣੇ ਨੇ, ਜਿਹੜੇ ਚਾਹੇ ਉਹ ਮਾਈਕਰੋਸੋਫਟ ਦੇ ਮਾਲਕ ਸੀਗੇ, ਉਹ ਅਕਸਰ ਇੰਡੀਆ ਆਉਂਦੇ ਸੀਗੇ ਔਰ ਬਹੁਤ ਜ਼ਿਆਦਾ ਚੈਰਿਟੀ ਕਰਦੇ ਸੀ, ਪੜ੍ਹਾਈ ਦੇ ਖੇਤਰ ਵਿੱਚ, ਹੈਲਥ ਕੇਅਰ ਦੇ ਵਿੱਚ, ਆਪਣੀ ਬਹੁਤ ਵੱਡਾ ਹਿੱਸਾ, ਇੱਕ ਰਿਵਾਜ ਆ ਸਾਰੇ ਵਿਕਸਿਤ ਮੁਲਕਾਂ ਵਿੱਚ, ਆਪਣਾ ਬਹੁਤ ਵੱਡਾ ਹਿੱਸਾ ਧਨ ਦੌਲਤ ਦਾ, ਉਹ ਜਦੋਂ ਇੱਕ ਉੱਪਰਲੇ ਲੈਵਲ 'ਤੇ ਪਹੁੰਚ ਜਾਂਦੇ ਜ਼ਿੰਦਗੀ 'ਚ, ਉਹ ਮਨੁੱਖਤਾ ਲਈ, ਆਪਣੇ ਦੇਸ਼ ਲਈ, ਗਰੀਬਾਂ ਵਾਸਤੇ ਲਾ ਦਿੰਦੇ ਨੇ। ਲੇਕਿਨ ਸਾਡੇ ਦੇਸ਼ ਅਤੇ ਸਾਡੇ ਸੂਬੇ ਦੇ ਵਿੱਚ ਉਲਟ ਆ। ਕੈਪਟਨ ਅਮਰਿੰਦਰ ਸਿੰਘ ਨੂੰ ਹਲੇ ਵੀ ਲਾਲਚ ਆ, ਐਟ ਦੀ ਏਜ ਆਫ 76-77, ਦੈਟ ਆਈ ਸ਼ੁੱਡ ਓਨ ਮੋਰ ਪ੍ਰੋਪਰਟੀ, ਮੋਰ ਵੈਲਥ। ਔਰ ਇਹੀ ਲੀਡਰ ਅਤੇ ਇਹੀ ਕਾਂਗਰਸ, ਇੱਕ ਤੋਂ ਥੋੜ੍ਹੀ ਦੂਰ ਹੀ ਆ, ਜਿਹੜਾ ਸੁਖ ਵਿਲਾਸ ਰਿਜ਼ੋਰਟ ਬਣਾਏ ਨੇ, ਜਿਹੜਾ ਸੁਖਬੀਰ ਬਾਦਲ ਨੇ 7-star ਹੋਟੇਲ ਬਣਾਇਆ, ਬਹੁਤ ਵੱਡਾ, ਤੁਸੀਂ ਜਾਣਦੇ ਹੋ, ਆਲੀਸ਼ਾਨ,
और यही कांग्रेस सुख विलास नू बहुत डट के विरोध करती सी कि देखो जी कैप बादल दे परिवार ने पंजाब नू लुट लिया, ट्रांसपोर्ट बना ली, टेलीविजन बना ले, 7-star होटल बना ले। और ये भी कांग्रेस का उत्थे एक धरना लाया जो जी अप्रोच रोड ली सी सुख विलास होटल नू सिसवा टी पॉइंट तो सुखबीर बादल ने उदे ते भी बहुत भारी ऑब्जेक्शन की थी। लेकिन हुण जिदा सुख विलास दे नेड़े ही एक जो पलनपुर पिंड मेरे तो इतों किलो 1.5 किलोमीटर की क्रो फ्लाइट पर है, तो सिसवा पिंड हूँ कैप्टन साहब ने 6 acres का फार्म हाउस बना जा रहे हैं। सारी गतिविधि जी तुम देख रहे हो, ट्रैक्टर क्रेना लगिया हुई ने, बहुत खूबसूरत है एरिया। तुम पिछले देखो पहाड़ ने कच्चे, उस पासे निगाह मार के देख सकते हो। ये मैं इसलिए इतने आया अज बतौर विरोधी धिर का लीडर कि मैं अपने पंजाबियों दुनिया भर च बैठिया दस सकाँ कि इन्हां च बहुता अंतर नहीं गा। जे बादल दा परिवार ने लुट कसुट करके ते इस उम्र विच पहुँच के, बादल साहब की उम्र भी 90-92 साल आ, उन्होंने भी हले इच्छा रही कि मैं होटल बना लाँ, मैं होर अपनी वैल्थ नूं अगे मल्टीप्लाई कर लाँ। उही काम कैप्टन अमरिंदर सिंह ने इस टेन्योर में चीफ मिनिस्टर बन के चाहिए। तो इन्हों कि पंजाब दे विच किसान आत्महत्या कर रहे, किसान ते खेत मजदूर गरीब आदमी जिन्नी इन्हां दे कोल, चलो मान लिया कि पंजाब सरकार दे कोल इस वक्त कर्जा वा, और कर्जा भी इन्हां लोकां दी देणी आ, 8-8, 7-7 वारी इन्हां लोकां ने सारियां दोनों पार्टियां ने राज कीता। अज अगर पंजाब दे सिर ते 2.5 लाख करोड़ का कर्जा तो इन्हां दी बदौलत आ। ये आप गरीब नहीं गए, आप ये 1000 करोड़ों के मालिक बन चुके हैं, ये आप गरीब नहीं गए, लेकिन सूबा गरीब कर गए। चलो मान लिया कि सूबा गरीब आ, पर तुहाडे कोल जिन्नी संपत्ति आ तुसीं उहदा कुछ हिस्सा दसवंध कोई 40 पैसे 50 पैसे 60 पैसे जिदा बाकी देश दुनिया के सारे जड़े तरक्की कर चुके लोग ने वो करते हैं, तुहानू अपनी दौलत का हिस्सा गरीबा में उन्हां दी बेहतरी वास्ते, जिहड़े किसान आत्महत्या कर रहे हैं, खेत मजदूर गरीब दलित जिहड़े दिहाड़ियां करके मर रहे ने, या बहुत सारे लोग पंजाब दे विच अज दे युग विच भी पंजाब च बेघरे ने, जिन्हां को घर ही है नहीं गा अपना, जिन्हां नू जिहड़े 2-2, 3-3 मरले दे मकान नू तरस रहे ने, कि उन्हां दे वास्ते तुहाडा कोई जिम्मेवारी नहीं सी। तुसीं इन्ना कुछ होण तों बाद ते हुण फिर 7वीं 8वीं अपनी रिहायश जिहड़ी बनाउण जा रहे हो, इत्थों तुहाडी मानसिकता कैप्टन अमरिंदर सिंह दे नज़र आ। मेरा होर कोई मेरे उन्हां नाल कोई किसी तरह का पर्सनल कोई एजेंडा नहीं, कुछ नहीं गा। आई ओनली वॉन्ट टू शो यू के आ सारा जी कंस्ट्रक्शन एक्टिविटी तुसी देख रहे हो, ट्रैक्टर चल रहे हैं आ पहाड़, इट्स क्वाइट अ बड़ी सीनिक ब्यूटी है। ये पिछे ही गुरुद्वारा शीश महल साहब है सिसवा पिंड की वसिनिटी के, मैं अज तुहानू आण के इन्हां दा थॉट प्रोसैस जिहड़ा है किदां दी, इन्हां दी सोचण शक्ति किदां दी है, किधर नू सोचते हैं जदों इह सत्ता लैंदे ने, जदों सत्ता तो पहलां तुहाडे नाल गल्लां करदे ने उदों की कहिंदे ने, तो सत्ता विच आउण तों बाद इह की सोचदे ने। इसलिए अज मैं तुहानू इत्थे सिसवा पिंड विच कैप्टन अमरिंदर सिंह दी 7वीं 8वीं रिहायशगाह जिहड़ी बन जा रही उत्थे लैके आया सीगा। मैनू आई एम नॉट कंसर्नड अबाउट द लीगैलिटी, गवर्नमेंट PLPA एक्ट जिहड़ा कि लैप्स हो रहा कल नू, वह लागू करती है कि नहीं करती, दैट्स अनदर मैटर। वो रजिस्ट्री करा सकते कि नहीं करा सकते, दैट्स अनदर मैटर। लेकिन एक आदमी इस लैवल के उत्ते पहुँच के एड उस उम्र के उस मुकाम से की सोचता वा, वो मानसिकता दिखाने वास्ते तुहानू लैके आया सी। बाकी फैसला पंजाब के लोगों के हाथ में आ, कि तुहानू इस तरह के आगू चाहिए ने, या वो जिहड़े नाल दे गवांडियां ने जिथे सुख विलास 7-star बनाया उदां दे चाहिए ने, या वो आगू चाहिए ने, या वो पार्टियां चाहिए जिहड़ी तुहाडे वास्ते कुछ कर गुजरन जिंदगी दे विच। बहुत शुक्रिया, धन्यवाद, थैंक यू। सो दर्शको, सुखपाल सिंह खैरा ने साफ तौर पर दसिया कि यह 6 acres जमीन कैप्टन साहब ने खरीदी है, तो यह भी दसिया कि कैप्टन साहब जिस उम्र विच ने, जिस अहुदे ते ने, उन्होंने किस तरह के काम करने चाहिए ने, ते नाल एग्जाम्पल के तौर पर उन्होंने फेसबुक के मालिक का नाम लेंदे हुए, तो माइक्रोसॉफ्ट कंपनी के मालिक का नाम लेंदे हुए क्या कि वह किन्ना किन्ना चैरिटी करते हैं। तो हुण 76-77 साल की उम्र के कैप्टन अमरिंदर सिंह ने जो कि पंजाब के मुख्यमंत्री ने, तो लेकिन उन्होंने जो लालसा है वो खत्म नहीं हो रही कि इन्नी प्रॉपर्टी लैन तो बाद भी हले वह जगह लेंदे फिर रहे हैं। इस साफ तौर पर सुखपाल सिंह खैरा का कहना सीगा, तो सुखपाल सिंह खैरा ने कैप्टन अमरिंदर सिंह की सारी प्रॉपर्टियां का वेरवा जो कि अपनी वीडियो में दिता, तुम्हें सुनी लिया होना। उस तो बाद सुखपाल सिंह ने खैरा अपने किए हुए क्वेश्चनों का जवाब मंगते हुए देखे कि आखिरकार इस तरह क्यों हो रहा है, तो उन्होंने की करना चाहिए कैप्टन अमरिंदर सिंह जी को, इस बारे सुखपाल सिंह खैरा ने खुल के बोलिया। सो दर्शकों, अगर तुहाडे कोल भी कोई अजिही खबर है जो तुसीं साडे चैनल ते विखाना चाहते हो, तुसीं सानूं संपर्क कर सकते हो 6280 3837 30 के उपर, तुसीं सानूं ईमेल भी कर सकते हो खबर बात पैर
@gmail.com ਤੇ ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਤੇ ਵੇਖਦੇ ਰਹਿਣਾ ਏਵਨ ਨਿਊਜ਼ ਹਰ ਸੱਚ ਤੁਹਾਡੇ ਤੱਕ ਤੇ ਵੇਖਦੇ ਰਹੋ ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਸੋ ਦਰਸ਼ਕੋ ਜਾਣ ਜਾਂਦੇ ਕਿ ਗੁਜ਼ਾਰਿਸ਼ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। If you like this video, please subscribe the channel, like and share this video. Even Punjabi da sare darshakan nu desh videsh diyan sangatan nu tohfa. Even Punjabi utte koi vi dharmik samagam ya pendu khedan live karwa sakde ho sirf 15000 rupaye vich. Ji haan, sirf 15000 rupaye vich tuhanu multi setup de naal mixer de naal milega worldwide live on Even Punjabi TV. ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ 'ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ।